अस्सलाम वालेकुम नाज़रीन, मैं अजमल सोनी ते तुसी देख रहे सजाज नहीं ऑफिशियल नाज़रीन। असी इस टाइम मौजूद हां 6 चक जीम बेगरबी ਇੱਥੇ। ਅੱਜ ਮੇਲਾ ਜੀ ਬਾਬੇ ਬੋਰਡ ਸ਼ਾਹ ਸਰਕਾਰ ਦਾ ਤੇ ਇੰਨਾ ਰਸ਼ ਯਾਰ, ਪਿੰਡ ਵੀ ਗਰਬੀ ਹੈ ਤੇ ਇੱਥੇ ਗਰਬੀ ਵੀ ਕਿੰਨੀ ਅੱਜ ਯਾਰ। ਓਏ ਚੁੱਪ ਕਰ, ਉਹ ਗਰਬੀ ਕਹਿੰਦੇ ਨੇ ਉਹ ਗਰਗਾਬੀ ਕੁੱਕੜ ਨਹੀਂ ਹੁੰਦਾ ਉਹਦੇ ਵਿੱਚ ਜਦੋਂ। ਓਏ ਚੁੱਪ ਕਰ, ਹਾਂ ਦੇਖਿਆ ਬੱਜੀ ਨਾ ਹੁਣ ਤੇਰਾ ਵੀ ਬੱਜੀ। ਲਓ ਜੀ ਅਸੀਂ ਚੱਲਦੇ ਹਾਂ ਮੇਲੇ 'ਚ ਤੇ ਇੰਜੋਏ, ਸਾਡੇ ਨਾਲ ਰਹਿਣਾ ਤੁਸੀਂ ਵੀ ਮੇਰੇ ਨਾਲ। ਮਿੱਠਾ ਮੈਨੂੰ ਕੋਈ ਛੱਡ ਕੇ ਆਏ? ਆਪ ਹੀ ਛੱਡ ਕੇ ਆਇਆ ਵੀ ਯਾਰ, ਕਿਤੇ ਤਾਂ ਮਗਰੋਂ ਲੈ ਜਾ ਕਰ ਯਾਰ। ਉਸਤਾਦ ਨੂੰ ਇੱਕ ਸ਼ਿਕਾਇਤ ਲਾਉਂਦਾ, ਤੁਸੀਂ ਦੋਵੇਂ ਮੈਨੂੰ ਛੱਡ ਕੇ ਆ ਗਏ। ਐਡਾ ਐਡਾ ਜੂਸ ਦਾ ਘੁੱਟ ਭਰਨ ਡਿਆ ਸੀ ਉੱਤੇ ਤੇ ਛੱਡ ਕੇ ਆਉਣਾ? ਨਹੀਂ ਤਾਂ ਤੂੰ ਮੇਲੇ ਤੇ ਮੈਨੂੰ ਲੈ ਕੇ ਆਉਣਾ, ਇਹ ਕਿਹੜੀ ਗੱਲ ਹੋਈ? ਉਹ ਤਾਂ ਪਾਣੀ ਵੀ ਇੱਦਾਂ ਪੀਣ ਜਿਵੇਂ ਰੈਡੀਏਟਰ 'ਚ ਪਾਈਦਾ ਵਾ। ਰੈਡੀਏਟਰ 'ਚ ਪਾਈਦਾ ਵਾ। ਇੱਕ ਮਿੰਟ ਇੱਕ ਮਿੰਟ, ਹਾਂਜੀ ਨਾਜ਼ਰੀਨ ਫੈਸਲ ਸਾਹਿਬ ਵੀ ਸਾਡੇ ਨਾਲ ਆ ਗਏ ਨੇ ਇੱਥੇ। ਯਾਰ ਗਰਮੀ ਬਹੁਤ ਆ ਯਾਰ, ਤੈਨੂੰ ਪਤਾ ਵਾ ਨਾ ਕਿ ਮੈਨੂੰ ਬਚਪਨ ਤੋਂ ਮੇਲਾ ਵੇਖਣ ਦਾ ਸ਼ੌਕ ਆ। ਤੂੰ ਗੁਜਰਾਂ ਕਿਤੇ ਗੁਜਰਾਂ ਲੈ ਚੰਦਨਪੁਰ ਆ ਗਿਆ, ਤੈਨੂੰ ਮੇਲੇ ਦਾ ਸ਼ੌਕ ਆ। ਤੇਰੀ ਵਜ੍ਹਾ ਤੋਂ ਮੇਲੇ ਬੰਦ ਹੋਏ, ਤੂੰ ਸ਼ਾਮਾਂ ਚੁੱਕਣੋਂ ਨਹੀਂ ਹਟਦਾ ਮੇਰੀ ਗੱਲ। ਤੈਨੂੰ ਕਿਹਾ ਮੈਂ ਕਸਮ ਵਾਲੀ ਗੱਲ, ਮੈਂ ਉਸਤਾਦ ਨੂੰ ਸ਼ਿਕਾਇਤ ਲਾਵਾਂਗਾ, ਮੈਨੂੰ ਮੇਲਾ ਫੜਾਓ। ਉਹ ਲਾ ਦੀ ਯਾਰ, ਤੂੰ ਐਡਾ ਚੀਪ ਹੋ, ਤੂੰ ਉੱਥੇ ਤੇ ਕਿਉਂ ਫਿਰ ਮੰਨਦਾ? ਮੈਂ ਪ੍ਰੋਣਾ ਮੈਂ ਵਿਜੈ ਜੀ, ਚੱਲ ਨਾਲ ਲੜਨਾ ਯਾਰ। ਮੈਂ ਪ੍ਰੋਣਾ ਮੇਲੇ 'ਚ ਆ ਗਿਆ, ਤੂੰ ਮੇਲੇ ਮੇਲੇ 'ਚ ਰੂਪਾ ਲੈ ਕੇ ਦੇਣੀ ਆ। ਤੈਨੂੰ ਬਹੁਤਾ ਸ਼ੌਕ ਨਹੀਂ ਰੂਪਾ ਦਾ? ਓਏ ਮੈਂ ਵੱਡਾ ਵਾਂ, ਪਹਿਲੇ ਮੈਨੂੰ ਲੈ ਕੇ ਦੇਣੀ ਆ। ਯਾਰ ਕਿ ਕਿੰਨੀਆਂ ਕੁ ਰੂਪਾ, 100 ਰੂਪਾ ਕਰਨੀ ਤੂੰ ਯਾਰ? ਸੋਣੀ ਮੈਨੂੰ ਮੌਤ ਦੇ ਖੂਹ ਤੇ ਵੀ ਲੈ ਕੇ ਜਾਣੇ। ਮਰਨਾ ਵਾ ਮੌਤ ਦੇ ਖੂਹ ਤੇ, ਤੇਰੇ ਮੌਤ ਵੈਸੇ ਆਉਣ ਵਾਲੀ ਆ। ਐਵੇਂ ਅੱਲਾ ਰਹਿਮ ਕਰੇ, ਮੌਤ ਮੌਤ ਦਾ ਗੋਲਾ, ਮੌਤ ਦਾ ਖੂਹ, ਨਾਲੇ ਉਹ ਚਿੜੀਆ ਘਰ। ਓਏ ਗੋਲਾ ਬਰਫ ਦਾ ਹੁੰਦਾ, ਮੌਤ ਦਾ ਨਹੀਂ ਹੁੰਦਾ। ਲੜੋ ਨਾ, ਮੈਂ ਪ੍ਰੋਣਾ। ਆਓ ਜੀ ਮੇਰੇ ਨਾਲ ਚੱਲੀ, ਇਹਨਾਂ ਨੇ ਸਿਰ ਖਾਣ ਹਟਣਾ ਨਹੀਂ। ਆਜੋ ਮੇਰੇ ਨਾਲ, ਮੈਂ ਮੋਢਿਆਂ ਚੁੱਕ ਸੋਣੀ ਪਈ, ਮੈਂ ਮੋਢਿਆਂ ਚੁੱਕ ਸੋਣੀ ਪਈ, ਮੈਂ ਮੋਢਿਆਂ। ਲਓ ਜੀ ਨਾਜ਼ਰੀਨ, ਅਸੀਂ ਪਹੁੰਚ ਗਏ ਇਸ ਟਾਈਮ ਮੇਲੇ ਆ, ਕਬੱਡੀ ਗਰਾਊਂਡ, ਉੱਥੇ ਕਬੱਡੀ ਹੋ ਰਹੀ, ਬਹੁਤ ਬਹੁਤ ਅੱਛੇ ਪਲੇਅਰ ਆਏ ਨੇ ਤੇ ਸਾਡੇ ਨਾਲ ਨੇ ਇੱਥੇ ਇਸ ਟਾਈਮ ਮੌਜੂਦ ਸ਼ਾਹ ਤੇ ਢਿੱਲੂ ਸੋਈ ਗੈਸ ਵਾਲੇ। ਸੋਣੀ ਮੈਨੂੰ ਉਹ ਕੱਪ ਤੇ ਲੈ ਕੇ ਦੇ, ਉਹ ਤੇਰੇ ਘਰ ਪੱਤੀ ਵਾਲਾ ਕੱਪ ਆ, ਤੇਰੇ ਘਰ ਚਾਹ ਵਾਲੇ ਕੱਪ ਹੈਗੇ ਆ। ਕੱਛਾ ਪਾਇਆ ਤੇ ਹੁਣੇ ਆ ਕੱਪ ਲੈ ਲਾ। ਓਏ ਯਾਰ ਉਹ ਕੱਪ ਯਾਰ, ਮੈਂ ਲੈਣਾ ਕੱਪ ਸੁੱਟ ਇੱਥੇ ਯਾਰ, ਆਰਡਰ ਦੇ ਦੇ ਦੁੱਧ ਪਾਲਾ ਕੇ ਮਿਲਣਾ, ਜਿਹੜੀ ਟੀਮ ਜਿੱਤੀ ਉਹਨੂੰ ਮਿਲਣਾ, ਤੂੰ ਕੀ ਕੀਤਾ ਵਾ? ਲਓ ਨਾਜ਼ਰੀ ਤੁਹਾਡੀ ਮੈਂ ਮੁਲਾਕਾਤ ਕਰਾਉਣਾ ਸ਼ਹਾਦ ਢਿੱਲੂ ਸਾਹਿਬ, ਜਿਹੜੇ ਸੂਈ ਗੈਸ ਦੇ ਕਬੱਡਰ ਬਹੁਤ ਅੱਛੇ। ਆਜੋ ਮੇਰੇ ਨਾਲ ਕਬੱਡਰ। ਓਏ ਆਜੋ, ਆਪਾਂ ਉਹਨੇ ਦੇਰ ਕਿਦਰਾ ਰੈਸਲ ਕਰ ਲਈ ਕਬੱਡੀ ਦੀ। ਆਜੋ ਜਾ ਕੰਮ ਕਰ, ਜਾ ਕਰ ਰੈਸਲ ਯਾਰ। ਆਜੋ। ਅੱਛਾ ਭਾਜੀ ਤੁਸੀਂ ਵੀ ਆ ਰਹੇ ਕਬੱਡੀ ਖੇਲਣ ਕੇ ਬਸ ਸਿਰਫ ਦੇਖਣੀ ਆਏ? ਨਹੀਂ ਜੀ, ਛੋਟਾ ਮੈਚ, ਨਾਨ ਸਿਲੈਕਟਡ। ਅੱਛਾ, ਇਹਨੇ ਕਿ ਤੁਸੀਂ ਜ਼ਰਾ ਮਾਸ਼ਾਅੱਲਾ ਵੱਡੇ ਪਲੇਅਰ ਹੋ ਜੀ ਸਰ, ਕਦੋਂ ਵੱਡੇ ਹੋ ਕਿ ਵੈਸੇ ਕਿਤੇ ਗ੍ਰੇਡਿੰਗ ਲਓ? ਕਦੋਂ ਗ੍ਰੇਡ ਲਾਂ ਜੀ? ਗ੍ਰੇਡ ਵਾਲੋਂ ਵੱਡੇ ਤੇ ਹੋਰ ਕਿਹੜੀ ਕਿਹੜੀ ਟੀਮ ਆਈ ਅੱਜ ਇੱਥੇ ਖੇਲਣ ਵਾਸਤੇ? ਅੱਜ ਹੀ ਸੱਚਾ ਇੱਕ ਨਲਕਾ ਘਵਾਲਾ ਹੈ ਤੇ ਕੁੜੀ ਵਲਾ ਹੈ ਤੇ 6 ਦੀ ਏਬੀ ਟੀਮ। ਸਾਰੀਆਂ ਟੀਮਾਂ ਦਾ ਤੁਸੀਂ ਸੁਣ ਲਿਆ ਜੀ, ਇਹਨਾਂ ਦਾ ਮੈਚ ਅਸੀਂ ਤੁਹਾਨੂੰ ਦਿਖਾਵਾਂਗੇ ਵੀ, ਅਗਰ ਟਾਈਮ ਲੱਗੇ ਸ਼ਾਰਟ ਤੁਹਾਨੂੰ ਦਿਖਾਵਾਂਗੇ। ਪਕਾ ਹੁਣ ਮੇਲੇ ਦਾ ਜ਼ਰਾ ਹਿਸਾਬ ਕਿਤਾਬ ਲਾਉਂਦੇ, ਮੇਲੇ 'ਚ ਆ ਜਾਓ ਸਾਡੇ ਨਾਲ। ਹੋਰ ਵੀ ਇੱਥੇ ਬਹੁਤ ਸਾਰੇ ਪਲੇਅਰ ਆਏ ਨੇ, ਤੁਸੀਂ ਦੇਖਣਾ ਉਹਨਾਂ ਨੂੰ ਵੀ। ਮਿੱਠਾ ਤੁਸੀਂ ਕੋਈ ਆ ਕਰੋ, ਮਾਰ ਮਾਰ ਇਹਨਾਂ ਦੇ, ਮਾਰ ਜੁੱਤੀ ਮਿੱਠਾ, ਮੈਂ ਮਾਰਨਾ ਹੀ। ਹੱਥ ਫੜੋ ਮੇਰਾ, ਆਜਾ ਹੌਲੀ 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 ਡੈਗਣਾ ਪਈ, ਬੁਰਜ ਖਲੀਫਾ ਦੇ ਆ ਗਿਆ ਤੂੰ, ਹੈ ਆਜਾ ਉਰੇ। ਲਓ ਨਾਜ਼ਰੀ ਨਾ ਦੇਖੋ, ਬੁਰਜ ਖਲੀਫਾ ਤੇ ਚੜਿਆ ਸੀ, ਇਹਦੀ ਦੇਹ ਦੇਖ ਲਓ ਤੇ ਡਰਫੋਕ ਦੇਖ ਲਓ, ਰੋਟੀਆਂ 8 ਖਾਂਦਾ ਇਹ ਇੱਕ ਟਾਈਮ ਦੀਆਂ, ਤੇ ਛੜਾ ਬਾਦ ਹੈ। ਲਓ ਜੀ ਇਹ ਬਗਾਰਤੀ ਦੀ ਇੰਤਹਾ ਫਰੀਦ ਦੀ ਤੇ ਮਿੱਠੇ ਦੀ। ਮੈਂ ਕੀ ਕੀਤਾ ਵਾ ਯਾਰ, ਆਜਾ ਮੈਂ ਦੱਸਦਾ ਕੀ ਕੀਤਾ।
ਲਓ ਜੀ ਨਾਜ਼ਰੀਨ ਮੇਲੇ 'ਚ ਗਰਮੀ ਵੀ ਬਹੁਤ ਆ ਤੇ ਸਟਾਲ ਦੇਖੋ ਕਿੱਡੇ ਖੂਬਸੂਰਤ ਸਟਾਲ ਲੱਗੇ ਨੇ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਭਾਜੀ ਇਹ ਕਦੋਂ ਦੀ ਦੁਕਾਨਦਾਰੀ ਲਾਈ ਆ? ਇਹ 2 ਦਿਨ ਹੋ ਗਏ ਲਾਈ ਨੂੰ। ਇਹਦਾ ਮਤਲਬ ਤਾਜ਼ਾ ਹੀ ਆ ਹਨਾ? ਉਹ 2 ਦਿਨ ਹੋ ਗਏ ਆ। ਓਏ 2 ਦਿਨ ਦਾ ਤਾਜ਼ਾ ਨਹੀਂ ਹੁੰਦਾ, ਪਿਛਲੇ ਜੁਮੇ ਦਾ ਹੁੰਦਾ ਫੇਰ ਤਾਜ਼ਾ ਹੋਣਾ ਸੀਗਾ। ਕਿੰਨੇ ਦੀ ਪਲੇਟ ਦੇ ਰਹੇ ਆ? 50 ਰੁਪਏ ਦੀ। ਤੈਨੂੰ ਕਹਿੰਦਾ ਅੱਧੀ 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 ਕਿੰਨੇ ਦੀ ਆ? ਬੇਤੀ ਹੁਣ ਤੈਨੂੰ ਤੋੜ ਕੇ ਦੇ ਦੇ ਬੇਤੀ। ਅੱਧੀ ਕਿੰਨੇ ਦੀ ਪੁੱਛ ਤੇ ਸਹੀ। ਓਏ ਔਰ ਲੋ ਨਾਜ਼ਰੀਨ ਖੀਰਾ 2 ਪਾਰਟ ਕਰਤਾ ਹੀ ਫਰੀਦ ਦੇ ਮਿੱਠੇ ਦੇ ਕੰਮ ਦੇ ਹਿਲ। ਓਏ ਜੇਬ ਚ ਨਾ ਪਾ ਲਈ। ਲਓ ਜੀ ਇਹ ਖੀਰੇ ਦਾ ਹਸ਼ਰ ਕਰਤਾ ਵਾ ਤੇ ਤੁਸੀਂ ਇੱਦਾਂ ਹੀ ਪਲ ਪੁਲ ਜਾਣਾ। ਖੀਰੇ ਖਾਈ ਜਾਂਦੇ, ਸੇਬ ਖਾਈ ਜਾਂਦੇ, ਲੈ ਲੈ ਕੁਛ ਫਿਰ। ਅਸੀਂ ਤੈਨੂੰ ਮੈਂ ਨਜ਼ਰ ਨਹੀਂ ਆਉਂਦੇ ਮਸਕੀਨ ਬੰਦੇ ਮੇਲੇ ਚ ਆਏ ਗੁੱਜਰ ਬਣ ਕੇ ਫਿਰਨੇ, ਕੁਛ ਖਵਾ ਵੀ ਕੀ ਖਾਣਾ ਤੁਸੀਂ? ਤੇਰੇ ਕੋਲ ਕੀ ਖਾਣਾ ਸੀ? ਮੈਂ ਕਿਹੜਾ ਕੁਛ ਲਾਇਆ ਵਾ? ਤੇਰਾ ਅਜਮਲ ਸੋਹਣੀ ਨੇ ਅਜਮਲ ਸਲਾਨੀ ਹੋਣਾ ਚਾਹੀਦਾ ਸੀਗਾ। ਤੇ ਦੱਸੋ ਕੀ ਖਾਣਾ? ਤੂੰ ਆਪੀ ਕਿਹਾ ਸੀ ਜੋ ਦਿਲ ਕਰੇ ਖਾਣਾ ਤੇ ਫਿਰ ਖਾਓ ਜੋ ਦਿਲ ਕਰਦਾ। ਇਹਦੇ ਆਸਰੇ ਤਾਂ ਰਹੀ ਨਾਜ਼ਰੀਨ, ਥੱਕ ਬਹੁਤ ਗਏ ਸੀ, ਕਾਰ ਵੇਚ ਕੇ ਅਸੀਂ ਘੋੜੇ ਲੈ ਲਏ ਆ। ਓਏ ਠਹਿਰ ਜਾ, ਔਰਤਗੋਲ ਔਰਤਗੋਲ, ਠਹਿਰ ਜਾ ਠਹਿਰ ਜਾ। ਓਏ ਤੇ ਦਾਣੇ ਘੋੜੇ ਤਾਂ ਬੰਦ ਵੀ ਲੰ ਕਰਨ ਦੇ, ਠਹਿਰ ਜਾ। ਨਾਜ਼ਰੀਨ ਘੋੜੇ ਦੌੜਨ ਲੱਗੇ ਆ, ਇਹ ਉਹ ਘੋੜੇ ਨੇ ਜਿਹੜੇ ਰੇਸ 'ਚ 1 ਨੰਬਰ ਆਏ ਨੇ, ਕਰੋੜਾਂ ਰੁਪਏ ਡਾਲਰ ਇਹਨਾਂ ਦੇ ਅਸੀਂ ਜਿੱਤਿਆ ਵਾ। ਚੱਲ ਵੀ ਵੀਰਾ, ਚੱਲ। ਓਏ ਵਾਹਦ ਘੋੜਾ ਜਿਹਦੇ ਨਾਲ ਆਪ ਟੁਰਨਾ ਪੈਣ ਡਿਆ, ਨਾਲ ਨਾਲ ਰਹੀ ਨੇ ਤੇਰਾ ਤੇਲ ਮੋਗਾ, ਅਸੀਂ ਹੱਥ ਫੜ ਲਾਂਗੇ। ਮਿੱਠੇ ਟੇਕ ਲਾ ਕੇ ਚੱਲ ਘੋੜਿਆਂ ਦੌੜ, ਚੱਲ ਕੁੱਤਿਆ ਚੱਲ ਚੱਲ ਮੇਰੇ ਕੋਲ। ਤੁਹਾਡੇ ਥੱਲੇ ਆ ਕੇ ਕੁੱਤਾ ਘੋੜਾ ਵੀ ਨਾ ਦੀ 410 ਦੀ ਸਪੀਡ ਤੇ ਘੋੜਾ ਜਾ ਰਿਹਾ ਵਾ। ਮਿੱਠਿਆ ਤੂੰ ਵਾਰ ਵਾਰ ਮੋਹਰੇ ਆ ਰਿਹਾ ਵਾ ਭਾਈ, ਕੀ ਹੋਇਆ? ਘੋੜੇ ਤੇ ਬੈਠਾ ਮੈਂ, ਅੱਲਾ ਦੀ ਰਹਿਮਤ ਨਾਲ ਵੇਖ ਆਪਣਾ ਘੋੜਾ ਲਿਆ। ਉਹ ਫਰੀਦ ਕਿੱਡਾ ਗਰੂਰ ਚਾਹ ਤੇ ਘੋੜੇ ਦੇ ਪੈਰ ਨਹੀਂ ਥੱਲੇ ਲੱਗਦੇ। ਉਹ ਇਹਦੇ 'ਚ ਪੈਟਰੋਲ ਨਹੀਂ ਪਾਉਣਾ ਪੈਂਦਾ ਵੀਰੇ। ਕਿੱਡਾ ਭਾਈਆ ਘੋੜੀ ਮੰਨ ਲਈ। ਓਏ ਇਸ ਘੋੜੇ ਦੇ ਮੂੰਹ 'ਚ ਭਾਵੇਂ ਤੁਸੀਂ ਹੱਥ ਦੇ ਦਿਓ, ਦੰਦੀ ਨਹੀਂ ਵੱਢਦਾ। ਕਹਿੰਦਾ ਮੈਂ ਸਰਦਾਰੀ ਦਾ ਘੋੜਾ ਲਿਆਈ, ਦੱਸ ਤੂੰ। ਓਏ ਚੁੱਪ ਕਰ ਓਏ, ਬਾਹਰ ਘੋੜਾ ਵਾ ਜਿਹਨੂੰ ਹਰ ਸਾਲ ਰੰਗ ਕਰਾਉਂਦਾ ਹੀ। ਨਾਜ਼ਰੀਨ 1.25 ਘੰਟੇ 'ਚ ਸਿਆਲਕੋਟ ਪਹੁੰਚ ਗਏ ਸੀ ਇਸ ਘੋੜੇ ਤੇ, ਔਰ ਯਕੀਨ ਕਰੋ ਰਸਤੇ 'ਚ ਕਿਤੇ ਨੇ ਲਿੱਤਬਾਜ਼ੀ ਦਾ ਮੁਕਾਮ ਨਹੀਂ ਕੀਤਾ। ਟੂਲ ਪਲਾਜ਼ਾ ਬਹੁਤ ਪੈ ਗਿਆ ਇਹਦਾ। ਹੋਇਆ ਘੋੜਾ ਕਿਤੇ ਨੂੰ ਉੱਥੇ? ਓਏ ਓਏ ਹੌਲੀ ਪੜ ਗਿਆ ਬਈ। ਮੈਨੂੰ ਫੈਸਲੇ ਇੱਥੇ ਕੈਮਰੇ ਵਾਲੇ ਕਿੱਥੇ ਗਏ? ਇੱਧਰ ਖਲੋਵੋ, ਇੱਥੇ ਉਹ ਸਾਹਮਣੇ ਦੇ। ਕਿੱਥੇ ਸਾਹਮਣੇ? ਕਿੱਥੇ ਆ? ਸਾਹਮਣੇ ਤਾਂ ਨਿਆਣੇ ਖਲੋਤੇ। ਘੋੜੇ ਨੇ ਫੈਸਲ ਦਾ ਪੂਰਾ ਹੱਲ ਕਰਤਾ। ਹੋਣਾ ਨੀ ਸੀ, ਕਹਿੰਦਾ ਸੀ ਮੈਂ ਵੀ ਘੋੜੇ ਨਾਲ ਪੱਠੇ ਖਾਣੇ, ਲੇਕਿਨ ਘੋੜਾ ਨੀ ਮੰਨਿਆ। ਵਾਹਦ ਘੋੜਾ ਸੀ ਜਿਹਨੇ ਲੇਦੀ ਨੀ ਕੀਤੀ ਸਾਰੇ ਦਾ। ਵਾਹਦ ਘੋੜਾ ਸੀ ਉਸ ਘੋੜੇ ਚੋਂ ਮੇਰੇ ਕਿੱਲ ਫਿਰ ਗਿਆ। ਤੂੰ ਲੇਦ ਦੇ ਲੱਡੂ ਬਣਾਉਣੇ ਸੀ, ਤੈਨੂੰ ਲੇਦ ਦੀ ਫਿਕਰ ਪਈ ਆ। ਸੋਹਣੀ ਵਾਹਦ ਘੋੜਾ ਵਾ ਜਿਹਨੂੰ ਲੋਕੀ ਖੁਰੀਆਂ ਲਾਉਂਦੇ, ਇਹਨੂੰ ਰੰਗ ਕਰਦੇ ਥੱਲੋਂ। ਗੰਦ ਝੂਟੇ ਲੈਣੇ ਘੋੜੇ ਤੇ? ਮੈਂ ਤੁਹਾਡੇ ਨਾਲ ਆਉਣਾ ਹੀ ਨਹੀਂ ਕਦੇ ਵੀ। ਉਸ ਤੋਂ ਬਾਅਦ ਹੋਰ ਕੋਈ ਬੋਲ ਨਹੀਂ, ਉਸ ਤੋਂ ਚੱਲਾ ਹੋਰ ਕਿਹਦੇ ਚੱਲਾ ਵਾ? ਆ ਪੀਂਘ ਤੇ ਝੂਟੇ ਲੈਣੇ ਆ? ਨਹੀਂ ਮੈਂ ਨਹੀਂ ਲੈਣੇ। ਲੈ ਲੈ ਝੂਟੇ, ਇੱਥੇ ਨਾ ਝੂਟੇ ਦੇ ਬੱਚਾ ਸੜ ਜਾਂਦਾ ਹੀ। ਆ ਜਾ ਹੁਣ, ਇੱਥੇ ਕਿੱਥੇ ਲੈ ਕੇ ਵੜ ਗਿਆ ਹੁਣ? ਚਿੜੀਆ ਘਰ ਆ ਜਾ। ਚਿੜੀਆ ਘਰ ਜਾਨਵਰ ਭਰਤੀ ਕਰਾਉਣਾ ਆ? ਆ ਯਾਰ ਉਹਨਾਂ ਦਾ ਖੋਤਾ ਗੁੰਮ ਹੋਣੇ ਨਹੀਂ ਉਹ ਫੈਸਲ ਭਾਈ ਆ ਯਾਰ ਜਾਣਦੇ ਤੂੰ ਐਨਾ ਕਾਉਂਟਰ ਖੋਤਾ ਕਹਿੰਦੇ ਆ। ਓਏ ਉਹਨਾਂ ਦਾ ਕੋਈ ਪਿੰਡ ਦਾ ਨਿਕਲ ਆਉਣਾ ਨਾ ਜਾ ਸੋਣੀ। ਚਿੜੀਆ ਘਰ ਆ ਮੈਨੂੰ ਉਹ ਲੈ ਕੇ ਦੇਣਾ ਛੋਟਾ ਸੱਪ। ਓਏ ਉਹ ਬਾਂਦਰੀ ਓਏ ਮੇਰੇ ਨਾਲ ਦੋ ਸੀ ਅੱਗੇ। ਓਏ ਤੂੰ ਆ ਕਾਲੀ ਦੌੜਨ ਡਿਆ ਸੱਜ। ਓਏ ਸੱਜ ਰਿਆ ਕੇ ਜਾਨਵਰ ਤੇ ਉੱਠੇ ਨਹੀਂ ਹਲੇ, ਆ ਬਿੱਲੀ ਉੱਤੇ ਸੁੱਤੀ ਪਈ ਆ। ਓਏ ਸੱਪ ਨਾਜ਼ਰੀਨ ਉਹ ਮਿੱਠੇ ਕਿੱਡਾ ਘੱਟੇ ਉਹ ਘੱਟੀ ਸੱਪ ਦਾ ਘੱਟਾ ਵੇ ਕਿੰਨਾ ਪਿਆ ਕਿਸੇ ਟਾਕੀ ਵੀ ਨਹੀਂ ਮਾਰੀ। ਅਗਰ ਤੁਸੀਂ ਸੱਪ ਬਾਹਰ ਕੱਢਦੇ ਤੁਹਾਨੂੰ ਧੁਆਈ ਪੈ ਜਾਣੀ ਸੱਪ ਦੀ। ਸੱਪ ਚੈੱਕ ਕਰਕੇ ਆ ਸਾਈ ਸੱਪ ਦੇ ਟਾਕੀ ਵੱਜਣ ਵਾਲੀ ਅੱਛੇ ਤਰੀਕੇ ਨਾਲ 10 ਰੁਪਏ ਦੀ ਸਰਵ ਕਰ ਸਾਰਾ ਖੋਲਦੇ ਸੱਪ। ਲਓ ਨਾਜ਼ਰੀਨ ਤੁਹਾਨੂੰ ਮੈਂ ਮੁਲਾਕਾਤ ਕਰਾ ਰਿਹਾ ਬੱਬਰ ਸ਼ੇਰ ਨਾਲ। ਲੈ ਵੀ ਇਹਦੇ ਨੂੰ ਹੋਇਆ ਥੈਲਾ ਟੈਪ ਹੈ ਨੂੰ, ਆ ਜਾਓ ਜਰਾ ਮੇਰੇ ਨਾਲ। ਓਏ ਸੋਹਣੀ ਉਹ ਕੱਛੂ ਬਾਂਦਰ
ਓਏ ਅਛੂ ਕੁਮਾ ਓਏ ਕਛੂ ਕੁਮਾ ਹੁੰਦਾ ਓਏ ਓਏ ਮੀਆਂ ਕੁੱਤੇ ਚੂਰੀ ਖਾਣੀ ਆ ਯਾਰ ਸਾਨੂੰ ਨਾ ਖਿਆਲ ਕਰਨਾ ਚਾਹੀਦਾ ਜਾਨਵਰ ਕੈਦ ਨਹੀਂ ਕਰਨੇ ਚਾਹੀਦੇ ਇਹਨੂੰ ਆਜ਼ਾਦ ਕਰਾ ਓਏ ਆਜ਼ਾਦ ਕੀ ਗੱਲ 14 ਅਗਸਤ ਦਾ ਆਜਾ ਚੱਲੀਏ ਮਿੱਠਿਆ ਤੈਨੂੰ ਕਿਹੜਾ ਜਾਨਵਰ ਪਸੰਦ ਆ ਮੈਨੂੰ ਉਹ ਬੱਬਰ ਕੁੱਤਾ ਤੈਨੂੰ ਕੁਝ ਪਸੰਦ ਆਇਆ ਕਿਹੜਾ ਜਾਨਵਰ ਅੱਛਾ ਲੱਗਾ ਤੈਨੂੰ ਉਹ ਬਿੱਲੀ ਤੇ ਬੱਤਖ ਬਿੱਲੀ ਬੱਤਖ ਉਹ ਚਾਰ ਲੱਤਾਂ ਵਾਲਾ ਅਗਦਾ ਹਾਂ ਨਹੀਂ ਆਹੋ ਬਹੁਤ ਅੱਛਾ ਲੱਗਾ ਮੀਆਂ ਚੀਲ ਚੂਰੀ ਖਾਣੀ ਆ ਮੀਆਂ ਚੀਲ ਉਹ ਸ਼ੇਰ ਖੁੱਲ ਗਿਆ ਸ਼ੇਰ ਖੁੱਲ ਗਿਆ ਉਹ ਸ਼ੇਰ ਖੁੱਲ ਗਿਆ ਓਏ ਨੂੰ ਪੱਠੇ ਪਾ ਆਰੇ ਉਹ ਮਾਫੀ ਵੀ ਦੇਈਦੇ ਹੁੰਦੇ ਕੋ ਸਾਡੇ ਤੇ ਪੈਸਾ ਵੀ ਲਾ ਜੁੱਤੀਆਂ ਦੇਖ ਲਾ ਕਿਦਾਂ ਹੋ ਗਈਆਂ ਤੂੜ ਧੁੱਪ ਹਰ ਸ਼ੈਲ ਕੋ ਪਕੌੜਾ ਕੋ ਰੋਟੀ ਉਹ ਭਾਈ ਉਹ ਕੀ ਗੱਲ ਇਹਨੂੰ ਉੱਥੇ ਤੈਨੂੰ ਕਹੀਂ ਜਮ੍ਹਾਂ ਕਰਾ ਦੇ ਜਾਨਵਰਾਂ ਕੋ ਤੂੰ ਕਿਤੇ ਠਹਿਰ ਜਾ ਇਹਦਾ ਤੈਨੂੰ ਮਹੀਨੇ ਬਾਅਦ 250 ਰੁਪਇਆ ਆਇਆ ਕਰਨਾ ਸੀ ਤੇ ਸ਼ੇਰ ਕਿਨੇ ਖੋਲਿਆ ਸੀਗਾ ਸ਼ੇਰ ਮੈਂ ਕਹਿੰਦਾ ਉਹ ਸ਼ੇਰ ਉੱਥੇ ਹੈ ਹੀ ਨਹੀਂਗਾ ਭਾਈ ਜਿਹਨੇ ਖੋਲਿਆ ਸੀ ਉਹਦੇ ਕਹਿਣ ਤੇ ਕੁੱਤਾ ਨਹੀਂ ਖੋਲਦਾ ਜਿਹਨੇ ਸ਼ੇਰ ਖੋਲਿਆ ਉਹ ਸ਼ੇਰ ਦੀ ਚਾਬੀ ਸੋਨੇ ਖੋਲਦਾ ਆ ਜਾ ਮੇਰੇ ਨਾਲ ਲਓ ਨਾਜ਼ਿਮ ਤੁਹਾਨੂੰ ਪਕੌੜਾ ਬਾਜ਼ੀ ਕਰਾਉਣੇ ਆ ਦੇਖੋ ਨਾਜ਼ਿਮ ਤਾਜ਼ਾ ਪਕੌੜੇ ਮੇਲੇ ਚ ਨਿਕਲ ਰਹੇ ਨੇ ਭਾਈ ਤੇਰਾ ਤਾਂ ਚੁੱਕਿਓ ਤੇਰਾ ਲਓ ਜੀ ਫੈਸਲ ਸਾਹਿਬ ਤੁਸੀਂ ਹੱਥ ਪਾ ਕੇ ਜਿੰਨੇ ਚੁੱਕ ਲਓ ਤੁਹਾਡੇ ਪੈਸੇ ਮੈਂ ਦੇਵਾਂਗਾ ਇੱਕ ਮਿੰਟ ਉਹ ਚੁੱਕਲਾ ਵਿੱਚੋਂ 3000 ਕਾਹਦੇ ਤੋਂ ਮੈਂ ਕਾਹਦੇ ਤੋਂ ਕਾਹਦੇ ਤੋਂ ਲੈ ਬਿੱਠੇ ਲਾਬੂਰ ਕੀ ਵਿੱਚੋਂ ਲਓ ਜੀ ਤੁਹਾਡੇ ਸਾਹਮਣੇ ਲੈ ਦੋ ਹੁਕਮ ਨਾਲ ਇਹਦੇ ਵਿੱਚੋਂ ਚੁੱਕੂਗਾ ਜੇ ਕੋਈ ਧੋਖਾ ਨਹੀਂ ਕੋਈ ਫਰੇਬ ਨਹੀਂ ਤਾਂ ਹੀ ਲਾਉਂਦਾ ਸਾਰੇ ਤਾੜੀਆਂ पकौड़े खादे चलो कहने जाना वा ਮੈਂ ਉਹਨਾਂ ਦੇ ਨਾਲ ਹੀ ਆ ਭਾਈ ਕੋਈ ਗੱਲ ਨਹੀਂ ਆ ਆ ਭਾਈ ਲਾਜ਼ਮੀ ਤੁਸੀਂ ਦੇਖੋ ਮੇਲੇ ਦਾ ਮਾਹੌਲ ਕਿੱਦਾਂ ਖੂਬਸੂਰਤ ਆ ਦੋਸਤ ਸਾਡੇ ਤਾਜ਼ਾ ਜਲੇਬੀ ਕੱਢ ਰਹੇ ਨੇ ਓਏ ਜਾਦੂ ਐਦ ਕੀ ਮੈਂ ਕਰਨਾ ਓਏ ਜਾਦੂ ਕਿਹੜਾ ਕਿਲੋ ਦੇ ਅਗਲੇ ਬਿੱਲੋ ਕਬ ਹਾਰ ਗਏ 280 ਰੁਪਏ 280 ਰੁਪਏ ਆ ਵਾਲੀਆਂ ਇਹ ਹੋ ਹੀ ਨਹੀਂ ਸਕਦਾ ਝੂਠ ਯਾਰ ਇਹਦੇ ਨਾਲ ਮੇਰੇ ਟੈਟੂ ਬਣਾ ਦੇ ਸੀਨੇ ਤੇ ਮਰ ਜੂਗਾ पागल हो गया खान डाजरी रुपए का गिलास ही कहता पंजरों रुपए का ਪੈਸੇ ਦੇ ਕੇ ਜਾਣੇ ਗਲਾਸ ਚੁੱਕਾ ਕੇ ਮਰੀਜ਼ ਨੂੰ ਦੇਣ ਚੱਲਾਂ ਕਿਤੇ ਇੱਥੇ ਰੱਖ ਓ ਚੋਰ ਕਿਤੇ ਪੈਸੇ ਲਿਆ ਉੱਥੇ ਮੁੱਲ ਵਿੱਚ ਚੰਡਿਆਂ ਦਾ ਮੂੰਹ ਦੇਖ ਕੇ ਲੁਕੀ ਰਿਹਾ ਹੋਇਆ ਕਿੰਨੇ ਦਾ ਗਲਾਸ ਆ ਸੁਣੀਏ ਮਿੱਠੇ ਉਹ 500 ਦਾ ਗਲਾਸ ਕਹਿਣ ਡਿਆ ਵਾ ਬਹੁਤ ਮੇਲਾ ਫਿਰਿਆ ਇਹਨੇ ਤਾਂ ਜਲੇਬ ਵੀ ਖਾਧੇ ਅਨਾਰਾਂ ਦਾ ਜੂਸ ਵੀ ਪੀ ਗਿਆ ਇਹਨੇ ਘੋੜੇ ਦੇ ਝੂਟੇ ਲਏ ਆ ਤੂੰ ਕੀ ਕੁਛ ਲਿਆ ਕਿ ਨਹੀਂ ਉਹ ਯਾਰ ਮੈਂ ਤੇਰਾ ਚਿਹਰਾ ਹੀ ਵੇਖੀ ਜਾ ਉਹਨਾਂ ਨੇ ਆਪਣੀ ਹਿੰਮਤ ਨਾਲ ਜੋ ਵੀ ਖਾਧਾ ਉਹਨਾਂ ਨੂੰ ਰੁਕਾਇਆ ਉਹ ਨਾਜ਼ਰੀ ਨੂੰ ਆ ਵੀ ਕਹਦੇ ਕਿ ਜਿਹੜੀ ਸ਼ਾਇਆ ਸੀ ਯੂਜ਼ ਕੀਤੀ ਅਸੀਂ ਉਹਦੇ ਪੈਸੇ ਦਿੱਤੇ ਨੇ ਹਾਂ ਨਾਜ਼ਰੀ ਉਹਦੇ ਪੈਸੇ ਵੀ ਦੇ ਕੇ ਐਵੇਂ ਨਹੀਂ ਦੌੜੇ ਅੱਛਾ ਮੇਰੇ ਨਾਲ ਨੇ ਅਹਿਮਦ ਭਾਈ ਨਾਜ਼ਰੀ ਇਹਨਾਂ ਦੀ ਫਰਮਾਇਸ਼ ਤੇ ਅਸੀਂ ਇੱਥੇ ਪਹੁੰਚੇ ਸੀ ਮੇਲੇ ਤੇ ਬਹੁਤ ਮਜ਼ਾ ਆਇਆ ਵਾ ਸਾਨੂੰ ਦੇ ਦਿਓ ਇਜਾਜ਼ਤ ਕਿਉਂਕਿ ਬਹੁਤ ਥੱਕ ਗਏ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਨੂੰ ਫੇਰ ਮਿਲਾਂਗੇ ਤੇ ਦੇਖ ਲਓ ਸੱਜਾ ਜਾਨੀ ਆਫੀਸ਼ੀਅਲ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਸੋਣੀ ਆ ਕੇ ਕਬੱਡੀ ਦਾ ਮੈਚ ਖੇਡ ਲਈਏ ਆਏ ਤੇ ਹੋਏ ਖੇਡ ਲੈਂਦੇ ਦਾ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਤੇ ਕਬੱਡੀ ਪਤਾ ਨਹੀਂ ਅਸੀਂ ਖੇਲਣੀ ਕਿ ਨਹੀਂ ਖੇਲੀ ਤੇ ਤੁਹਾਨੂੰ ਪਤਾ ਲੱਗ ਜਾਊਗਾ